ਜਪੀ ਘੁੱਟ ਕੇ ਜੇ ਪਾਵੇਂ ਵਨ ਟਾਈਮ ਗੁਜ਼ਰਾ ਸੋਰੀ ਜ਼ਿੰਦਗੀ ਰਾਂ ਵਾਂਗੀ ਨਨ ਨਾਰ ਨੁਨ ਨਾ ਕੈਮਰਾ ਚਲਾ ਤਾ ਚਲੋ ਖੈਰ ਲਾ ਦਿੰ ਯਾਰ ਪੁਲਿਸ ਵਾਲੇ ਨੇ ਤੇ ਐਫ ਆਈ ਆਰ ਦੇ ਵਿੱਚ ਲਿਖ ਹੀ ਦਿੱਤਾ ਨਾ ਪੀਰ ਮਲ ਦੇ ਵਿੱਚ ਮੰਗਲ ਵਾਲੇ ਦਿਨ ਇੱਕ ਮਕਦਮਾ ਦਰਜ ਹੋਇਆ ਵਿਆਹ ਦੇ ਫੰਕਸ਼ਨ ਦੇ ਉੱਤੇ ਨਾ ਗਾਣਾ ਚੱਲ ਰਿਹਾ ਸੀਗਾ ਮੈਂ ਦੁੱਧ ਤੋਂ ਗੋਰੀ ਗੁਜਰੀ ਤੇਰੇ ਪਿੱਛੇ ਉਝੜੀ ਇਹ ਜਿਹੜੇ ਤਫਤੀਸ਼ੀ ਸਾਹਿਬ ਨੇ ਜਿਨ੍ਹਾਂ ਦਾ ਨਾਮ ਆ ਜੀ ইমরান ਅੰਜਮ ਏ ਐਸ ਆਈ ਇਹਨਾਂ ਨੂੰ ਕਿੱਥੋਂ ਪਤਾ ਲੱਗ ਗਿਆ ਕਿ ਇਹਦੇ ਵਿੱਚ ਐ ਫਹਾਸ਼ੀ ਆ ਰਹੀ ਹੈ ਕਿਹੜਾ ਕ੍ਰਾਈਟੇਰੀਆ ਸੀ ਇਹਨੂੰ ਨਾ ਪੜਦਾ ਯਾਦ ਐਸ ਭਾਈ ਦੀ ਗੁਜਰਾਣਾ ਕੋ ਲੜਾਈ ਸੀਗੀ ਯਾ ਕੋਈ ਇਹਨੂੰ ਜਨਾਬੇ ਵਾਲੇ ਕਿਸੇ ਨੇ ਦੁੱਧ ਦਾ ਕੋਟ ਨਹੀਂ ਦਿੱਤਾ ਕੋਈ ਰੌਲਾ ਜ਼ਰੂਰ ਹੈਗਾ ਵਾ ਸਾਊਂਡ ਚੱਲ ਰਿ ਤੇ ਗਾਣਾ ਜਿਹੜਾ ਨਾ ਉਹ ਲੱਗਾ ਹੋਇਆ ਸੀਗਾ ਮੌਕੇ ਤੋਂ ਦੋ ਕਲਾਸ਼ ਨਾ ਕਲਾਸ਼ ਨਾ ਮਤਲਬ ਸਪੀਕਰ ਤੇ ਇਲਾਕਾ ਮੈਜਿਸਟ੍ਰੇਟ ਸਾਹਿਬ ਨੇ ਕਿਹਾ ਕਿ ਯਾਰ ਹੋਰ ਮਸਲੇ ਘੱਟ ਨੇ ਜਿਹੜੇ ਤੁਸੀਂ ਇਹਨਾਂ ਲੋਕਾਂ ਨੂੰ ਵਿਚੱਕ ਲਿਆਏ ਹੋ ਲਿਹਾਜ਼ਾ ਇਹਨਾਂ ਨੂੰ ਫੌਰੀ ਤੌਰ ਤੇ ਛੱਡੋ ਹੁਣ ਮੈਂ ਕਵਾਂਗਾ ਕਿ ਆਪਣੇ ਪੱਲੇ ਕੀ ਰਹਿ ਗਿਆ ਜੱਫੀ ਕੁੱਟ ਕੇ ਜੇ ਪਾਵੇਂ ਇੱਕ ਵਾਰ ਗੁਜ਼ਰਾ ਓਏ ਉਹ ਕੈਮਰਾ ਚਲਾ ਤਈ ਇਹ ਨਾ ਲਾਇਆ ਯਾਰ ਇਹ ਨਾ ਲਾਓ ਚਲੋ خیر ਲਾ ਦਿੰ ਯਾਰ ਪੁਲਿਸ ਵਾਲੇ ਨੂੰ ਤੇ ਐਫ ਆਈ ਆਰ ਦੇ ਵਿੱਚ ਲਿਖੇ ਦਿੱਤਾ ਨਾ ਤੇ ਅਸੀਂ ਵੀ ਮਾੜਾ ਲਾ ਦੋ ਕੋਈ ਨਹੀਂ ਅਸਲਾਮ ਵਾਲੇਕੁਮ ਅੱਛੇ ਜੀ ਗੱਲ ਇਹ ਹੈਗੀ ਕਿ ਪੀਰ ਮਹਲ ਦੇ ਵਿੱਚ ਮੰਗਲ ਵਾਲੇ ਦਿਨ ਇੱਕ ਮਕਦਮਾ ਦਰਜ ਹੋਇਆ ਜਿਦੇ ਵਿੱਚ ਪੁਲਿਸ ਵਾਲਿਆਂ ਨੇ ਕਿਹਾ ਜੀ ਕਿ ਉੱਥੇ ਇੱਕ ਵਿਆਹ ਦਾ ਫੰਕਸ਼ਨ ਹੋ ਰਿਹਾ ਸੀਗਾ ਵਿਆਹ ਦੇ ਫੰਕਸ਼ਨ ਦੇ ਉੱਤੇ ਨਾ ਗਾਣਾ ਚੱਲ ਰਿਹਾ ਸੀਗਾ ਜੱਫੀ ਕੁੱਟ ਕੇ ਜੇ ਪਾਵੇਂ ਇੱਕ ਵਾਰ ਗੁਜਰਾ ਸਾਰੀ ਜ਼ਿੰਦਗੀ ਰਵਾਂਗੀ ਤਾਬਿਆਦਾਰ ਗੁਜਰਾ ਮੈਂ ਦੁੱਧ ਤੋਂ ਗੋਰੀ ਗੁਜਰੀ ਤੇਰੇ ਪਿੱਛੇ ਉਜੜੀ ਤੇ ਤੁਸੀਂ ਸਿਰਫ ਮੈਨੂੰ ਇਹਦੇ ਵਿੱਚ ਨਾ ਕੱਲੀਆਂ-ਕੱਲੀਆਂ ਗੱਲਾਂ ਦੱਸਣੀਆਂ ਵਾਂ ਕਿ ਜਨਾਬ ਕਿਹੜੀ ਸ਼ੈ ਫਹਾਸ਼ ਹੈਗੀ ਇਹਦੇ ਵਿੱਚ ਸਾਨੂੰ ਤਾਂ ਅਜੇ ਤੱਕ ਵੈਸੇ ਪਤਾ ਨਹੀਂ ਲੱਗਾ ਹੈਗਾ ਕਿ ਇਹਦੇ ਵਿੱਚ ਫਹਾਸ਼ੀ ਕਿੱਥੇ ਆ ਨਾਲੇ ਜਨਾਬ ਮੈਂ ਇੱਕ ਗੁਜ਼ਾਰਿਸ਼ ਕਰਾਂਗਾ ਕਿ ਜਿਹੜੇ ਇਹ ਜਿਹੜੇ ਤਫਤੀਸ਼ੀ ਸਾਹਿਬ ਨੇ ਜਿਨ੍ਹਾਂ ਦਾ ਨਾਮ ਆ ਜੀ ইমরান ਅੰਜਮ ਏਐਸਆਈ ਇਹਨਾਂ ਨੂੰ ਕਿੱਥੋਂ ਪਤਾ ਲੱਗ ਗਿਆ ਕਿ ਇਹਦੇ ਵਿੱਚ ਐ ਫਹਾਸ਼ੀ ਆ ਰਹੀ ਹੈ ਕਿ ਆ ਇਹ ਗਾਣਾ ਪਹਿਲੀ ਵਾਰੀ ਸੁਣਿਆ ਗਿਆ ਸੀਗਾ ਕਿ ਆ ਇਹ ਗਾਣਾ ਜਨਾਬੇ अली ਆਇਆ ਹੀ ਨਵਾਂ-ਨਵਾਂ ਸੀਗਾ ਕਿਹੜਾ ਕ੍ਰਾਈਟੇਰੀਆ ਸੀ ਇਹਨੂੰ ਨਾਪਣ ਦਾ ਕਿ ਜਨਾਬ ਜਫੀ ਜੱਫੀ ਕੁੱਟ ਕੇ ਜ਼ੋਰਨਾ ਜੇ ਪਾਵੇਂ ਇੱਕ ਵਾਰ ਗੁજરા ਜਾਂ ਤਾਂ ਇਸ ਭਾਈ ਦੀ ਗੁજરાਣਾ ਕੋ ਲੜਾਈ ਸੀਗੀ ਜਾਂ ਕੋਈ ਇਹਨੂੰ ਜਨਾਬੇ ਅਲੀ ਕਿਸੇ ਨੇ ਦੁੱਧਾ ਘੋਟ ਨਹੀਂ ਦਿੱਤਾ ਕੋਈ ਰੌਲਾ ਜ਼ਰੂਰ ਹੈਗਾ ਵਾ ਠੀਕ ਹੈ ਜਿਹਦੀ ਵਜ੍ਹਾ ਤੋਂ ਇਹਨੇ ਜਨਾਬੇ ਅਲੀ ਗਾਣਾ ਹੀ ਵਿੱਚ ਲਿਖ ਦਿੱਤਾ ਤੇ ਜਨਾਬ ਉਹਨੇ ਕਿਹਾ ਜੀ ਉੱਤੇ ਸਾਊਂਡ ਚੱਲ ਰਿਆ ਸੀ ਸਾਊਂਡ ਦੇ ਉੱਤੇ ਫਹਾਸ਼ ਗਾਣਾ ਜਿਹੜਾ ਨਾ ਉਹ ਲੱਗਾ ਹੋਇਆ ਸੀਗਾ ਏਸੀ ਜਨਾਬੇ ਵਾਲੀ ਜਾ ਕੇ ਰੇਡ ਕੀਤਾ ਰੇਡ ਕਰਨ ਤੋਂ ਬਾਅਦ ਬੰਦੇ ਭੱਜ ਗਏ ਜਨਾਬੇ ਵਾਲੀ ਕਿਉਂਕਿ ਬੰਦਿਆਂ ਕੋਲ ਬੰਦੂਕਾ ਸੀ ਨਾ ਉਹ ਜਨਾਬ ਨੱਚਣ ਡੇ ਸੀ ਮੁੰਡੇ ਉਹ ਜਨਾਬੇ ਵਾਲੀ ਨੱਚਦੇ ਮੁੰਡੇ ਭੱਜ ਗਏ ਤੇ ਜਨਾਬ ਬੜੀ ਮੁਸ਼ਕਲ ਦੇ ਨਾਲ ਪਿੱਛੇ ਭੱਜ ਕੇ ਉਹਨਾਂ ਨੂੰ ਕਾਬੂ ਕੀਤਾ ਤੇ ਮੌਕੇ ਤੋਂ ਦੋ ਕਲਾਸ਼ਨਾ ਕਲਾਸ਼ਨਾ ਮਤਲਬ ਸਪੀਕਰ ਉਹ ਇਹ ਇਹਨਾਂ ਦੀਆਂ ਨੱਚਣ ਵਾਲਿਆਂ ਦੀਆਂ ਕਲਾਸ਼ਨਾ ਹੀ ਹੁੰਦੀਆਂ ਵਾ ਭਾਈ ਸਪੀਕਰ ਜਿਹੜੇ ਹੁੰਦੇ ਆ ਉਹ ਸਪੀਕਰ ਜਿਹੜੇ ਆ ਉਹ ਬਰਾਮਦ ਕਰ ਲਏ ਤੇ ਉਹਨਾਂ ਦੇ ਮਕਦਮਾ ਦਰਜ ਕਰ ਲਿਆ ਜਨਾਬ ਅਗਲੇ ਦਿਨ ਜਨਾਬੇ ਅਲੀ ਮੁਲਜ਼ਮਾਨ ਨੂੰ ਮੁਲਜ਼ਮਾਨ ਅਸਲੇ ਦੇ ਨਾਲ ਸਪੀਕਰਾਂ ਦੇ ਨਾਲ ਜਿਹੜੇ ਫੜੇ ਹੋਏ ਸੀਗੇ ਉਹਨਾਂ ਨੂੰ ਜਦੋਂ ਇਲਾਕਾ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਤੇ ਇਲਾਕਾ ਮੈਜਿਸਟ੍ਰੇਟ ਸਾਹਿਬ ਨੇ ਕਿਹਾ ਕਿ ਯਾਰ ਹੋਰ ਮਸਲੇ ਘੱਟ ਨੇ ਜਿਹੜੇ ਤੁਸੀਂ ਇਹਨਾਂ ਲੋਕਾਂ ਨੂੰ ਵੀ ਚੱਕ ਲਿਆਏ ਹੋ ਅਗਰ ਕੋਈ ਬੰਦਾ ਕੋਈ ਮਾੜਾ ਮੋਟਾ ਇੰਜਵਾਏ ਕਰ ਰਿਹਾ ਵਾ ਤੇ ਮੁੰਡੇ ਨਚਣ ਦੇ ਸੀ ਨਾ ਉੱਥੇ ਜਨਾਬ ਤੇ ਤੁਸੀਂ ਇਹਨਾਂ ਨੂੰ ਕਿਉਂ ਫੜ ਲਿਆਇਓ ਲਿਹਾਜ਼ਾ ਇਹਨਾਂ ਨੂੰ ਫੌਰੀ ਤੌਰ ਤੇ ਛੱਡੋ ਹੁਣ ਮੈਂ ਕਵਾਂਗਾ ਕਿ ਆਪਣੇ ਪੱਲੇ ਕੀ ਰਹਿ ਗਿਆ ਜੱਫੀ ਕੁੱਟ ਕੇ ਜੇ ਪਾਵੇਂ ਇੱਕ ਕੀ ਰਹਿ ਗਿਆ ਪੱਲੇ ਤੁਸੀਂ ਮੈਨੂੰ ਦੱਸੋ ਸਰ ਕਿ ਆਪਾਂ ਸਾਰਾ ਕੁਝ ਲਿਖਿਆ ਸਾਰਾ ਕੁਝ ਕੀਤਾ ਤੇ ਇਲਾਕਾ ਮੈਜਿਸਟ੍ਰੇਟ ਸਾਹਮਣੇ ਕਿਹਾ ਕਿ ਪਹਿਲੇ ਮਸਲੇ ਜਨਾਬੇ ਅਲੀ ਸਾਡੇ ਪੀਰ ਮਹਲ ਦੇ ਵਿੱਚ ਘਟਨੇ ਜਿਹੜਾ ਤੁਸੀਂ ਇੱਕ ਨਵਾਂ ਮਸਲਾ ਖੜਾ ਕਰਤਾ ਮਸਲੇ ਦਾ ਪਤਾ ਨਾ ਜਦੋਂ ਖੜਾ ਹੋ ਜਾਵੇ ਤੇ ਬੜਾ ਰੌਲਾ ਬਣਦਾ ਜੇ ਤੁਸੀਂ ਨਵਾਂ ਇੱਕ ਮਸਲਾ ਸਾਡੇ ਵਾਸਤੇ ਲੈ ਆਇਓ ਖੈਰ ਜੀ ਹੌਣ ਜਨਾਬੇ ਅਲੀ ਐਸਾਰੀ ਜਿਹੜੀਆਂ ਨਾ ਸੋਸ਼ਲ ਮੀਡੀਆ ਤੇ ਇੱਕ ਜਨਾਬੇ ਅਲੀ ਅੱਗ ਲੱਗੀ ਹੋਈ ਸੀ ਤੇ ਮੈਂ ਕਿਹਾ ਜਨਾਬੇ ਅਲੀ ਇਸ ਅੱਗ ਦੇ ਵਿੱਚ ਹਲਕੀ ਜਿਹੀ ਤੀਲੀ ਏਸੀ ਵੀ ਲਾ ਦਈਏ ਤਾਂ ਕਿ ਸਾਨੂੰ ਸਕੂਨ ਰਹੇ ਕਿ ਸਾਡੀ ਤੀਲੀ ਲੱਗੀ ਵੀ ਦੂਰ ਤੱਕ ਗਈ ਆ ਮੇਰਾ ਮਕਸਦ ਇਹ ਬਿਲਕੁਲ ਨਹੀਂ ਹੈਗਾ ਬੜੇ ਵੀ ਲਾਗ ਹੋ ਗੇ ਬੜਾ ਕੁਝ ਹੋ ਗਿਆ ਬੜੇ ਲੋਕਾਂ ਨੇ ਗਾਣਾ ਗਾ ਲਿਆ ਤੇ ਜਨਾਬ ਅਗਰ ਇਹ ਫਹਾਸ਼ ਗਾਣਾ ਸੀਗਾ ਤੇ ਹੁਣ ਤੱਕ ਕਿੱਥੇ ਨੇ ਸਾਡੇ ਕਾਨੂੰਨ ਬਣਾਉਣ ਵਾਲੇ ਕਿੱਥੇ ਨੇ ਸਾਡੇ ਜ਼ਾਬਤੇ ਬਣਾਉਣ ਵਾਲੇ ਕਿੱਥੇ ਨੇ ਸਾਡੇ اخਲਾਕੀਅਤ ਬਣਾਉਣ ਵਾਲੇ ਕਿ ਉਹਨਾਂ ਨੇ ਹੁਣ ਤੱਕ ਇਸ ਗਾਣਾ ਗਾਣ ਵਾਲੇ ਬੰਦੇ ਦੇ ਉੱਪਰ ਮੁਕੱਦਮਾ ਕਿਉਂ ਨਹੀਂ ਦਰਜ ਕੀਤਾ ਮੈਂ ਕਹਿੰਨਾ ਕਿ ਇਸ ਮੁਕੱਦਮੇ ਦੇ ਵਿੱਚ ਅਗਰ ਨਸੀਬੋ ਲਾਲ ਦਾ ਨਾਮ ਹੁੰਦਾ ਵਿੱਚ ਤੇ ਜ਼ਿਆਦਾ ਮਜ਼ਾ ਆਂਦਾ ਅਸੀਂ ਕਹਿੰਦੇ ਕਿ ਯਾਰ ਉੱਤੇ ਵੀ ਪਰਚਾ ਦਿਓ ਇਹ ਜਿਹੜੇ ਵਿਚਾਰੇ ਮੁੰਡੇ ਨੱਚਦੇ ਪਏ ਸੀ ਵਿਆਹ ਵਾਲੇ ਤੇ ਠੀਕ ਆ ਸਾਊਂਡ ਦੀ ਤੁਸੀਂ ਖਿਲਾਫਰਦੀ ਕਹਿ ਸਕਦੇ ਹੋ ਲੇਕਿਨ ਗਾਣੇ ਨੂੰ ਕੁਝ ਨਹੀਂ ਕਹਿਣਾ ਕਿਉਂਕਿ ਗਾਣੇ ਦੇ ਵਿੱਚ ਐ ਕਿ ਤੁਸੀਂ ਲਾਵਾ ਚੈੱਕ ਕਰੋ ਮੈਂ ਦੁੱਧ ਤੋਂ ਗੋਰੀ ਗੁਜਰੀ ਤੇ ਤੇਰੇ ਪਿੱਛੇ ਉਜੜੀ ਹੋਰ ਇਹ ਕੀ ਕਰ ਇਹ ਦੇਖੋ ਦੁੱਧ ਕਿੰਨਾ ਚਿੱਟਾ ਹੁੰਦਾ ਉਹ ਤੋਂ ਗੋਰੀ ਆ ਤੇ ਤੇਰੇ ਪਿੱਛੇ ਉਜੜ ਗਈ ਹੋਰ ਤੁਸੀਂ ਹੁਣ ਕੀ ਲੈਣਾ ਜਨਾਬ ਉਹ ਗੁਜਰ ਨੂੰ ਕਹਿਣ ਦੀ ਜੱਫੀ ਫਿਰ ਆਪਣੀ ਬਰਾਦਰੀ ਨੂੰ ਕਹਿਣ ਦੀ ਜੱਫੀ ਘੁੱਟ ਕੇ ਪਾਵੇਂ ਵੀ ਤੁਹਾਨੂੰ ਕੀ ਇਤਰਾਜ਼ ਇਸ ਗੱਲ ਤੇ ਮੈਨੂੰ ਸਿਰਫ ਇਸ ਗੱਲ ਦਾ ਜਵਾਬ ਦੇ ਦਿਓ ਕਿ ਇਤਰਾਜ਼ ਤੁਹਾਨੂੰ ਕਿਹੜੀ ਗੱਲ ਤੇ ਸੀਗਾ ਮੁੰਡੇ ਨੱਚਦੇ ਸੀ ਤੁਸੀਂ ਉਹਨਾਂ ਦੇ ਪਰਚਾ ਦੇ ਦਿੰਦੇ ਤੁਹਾਨੂੰ ਸੌਂਡ ਬੁਰਾ ਲੱਗਦਾ ਤੁਸੀਂ ਉਹਨਾਂ ਦੇ ਪਰਚਾ ਦੇ ਦਿੰਦੇ ਠੀਕ ਹੈ ਲੇਕਿਨ ਆ ਰੌਲਾ ਕੀ ਇਹਦੇ ਦੀ ਇਤਰਾਜ਼ ਆ ਯਾ ਤਾਂ ਜਨਾਬ ইমরান ਅੰਜਮ ਸਾਹਿਬ ਕੋਈ ਖੁੱਲ ਕੇ ਇਸ ਬਿਆਨ ਦੀ ਵਿਆਖਿਆਤ ਕਰੋ ਆਈਜੀ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ ਕਿ ਸਰ ਤੁਸੀਂ ਇਹਦੀ ਵਿਆਖਿਆਤ ਕਰ ਦਿਓ ਕਿ ਰੌਲਾ ਕੀ ਆ ਅੰਦਰ ਵਾਲੀ ਗੱਲ ਕੀ ਆ ਜੱਫੀ ਦੇ ਵਿੱਚ ਕੀ ਰੌਲਾ ਵਾ ਤੁਸੀਂ ਆ ਮਾਸ਼ਾਅੱਲਾ ਜੱਫੀ ਪਾਣਾਂ ਦਾ ਪਿਆਰ ਮੁਹੱਬਤ ਵਧਾਣ ਵਾਲੀ ਗੱਲ ਹੁੰਦੀ ਉਹ ਵੀ ਗੱਲ ਇਹੀ ਕਰ ਰਹੀ ਐ ਜੱਫੀ ਘੁੱਟ ਕੇ ਜੇ ਪਾਵੇਂ ਇੱਕ ਵਾਰ ਗੁਜਰਾ ਤੇ ਇਹਦੇ ਵਿੱਚ ਕੀ ਰੌਲਾ ਬਣ ਗਿਆ ਲਿਹਾਜ਼ਾ ਅਸੀਂ ਗੁਜ਼ਾਰਿਸ਼ ਕਰਾਂਗੇ ਕਿ ਇਹਨੂੰ ਜਨਾਬੇ ਲਈ ਖੁੱਲ ਕੇ ਬਿਆਨ ਕੀਤਾ ਜਾਵੇ ਪੁਲਿਸ ਵੱਲੋਂ ਕਿ ਜਨਾਬ ਕਿਹੜਾ ਰੌਲਾ ਸੀਗਾ ਅਗਰ ਗੁਜਰਾਂ ਨੇ ਜਨਾਬੇ ਅਲੀ ਦੁੱਧ ਵਿੱਚ ਪਾਣੀ ਪਾ ਕੇ ਤੁਹਾਨੂੰ ਦਿੱਤਾ ਤਾਂ ਵੀ ਗੱਲ ਕਲੀਅਰ ਕਰੋ ਅਗਰ ਕੋਈ ਹੋਰ ਤਾਂ ਡਾਉਣ ਨਾ ਰੌਲਾਵਾ ਤਾਂ ਵੀ ਗੱਲ ਕਲੀਅਰ ਕਰੋ ਨਹੀਂ ਤਾਂ ਜਨਾਬੇ ਅਲੀ ਜਿਹੜੀ ਤੁਸੀਂ ਲਾਈਨ ਵਿੱਚ ਲਿਖੀ ਆ ਸਾਨੂੰ ਇਹਦੇ ਨਾਲ شدید اختلاف ਆ ਸਾਡੇ ਵਾਸਤੇ ਸਾਰੀਆਂ ਬਰਾਦਰੀਆਂ ਜਿਹੜੀਆਂ ਵਾਂ ਉਹ ਕਾਬਲੇ ਇhtਰਾਮ ਨੇ ਲੇਕਿਨ ਜਨਾਬੇ ਅਲੀ ইমরান ਅੰਜਮ ਸਾਹਿਬ ਨੇ ਇੱਥੇ ਆ ਕੇ ਜ਼ਿਆਤੀ ਕੀਤੀ ਆ ਇਸ ਜ਼ਿਆਤੀ ਦਾ ਅਜ਼ਾਲਾ ਉਹਨਾਂ ਨੂੰ ਕਰਨਾ ਪਏਗਾ ਆਖਿਰ ਤੇ ਮੈਂ ਫਿਰ ਇੱਕ ਵਾਰੀ ਕਵਾਂਗਾ ਜੱਫੀ ਕੁੱਟ ਕੇ ਜੇ ਪਾਵੇਂ ਇੱਕ ਵਾਰੀ ਅੱਗੇ ਕੀ ਆ ਮੈਂ ਭੁੱਲ ਗਿਆ ਓਏ ਸ਼ੁਕਰੀਆ